ਲੋ ਇਧਰਲੇ ਪਾਸੇ ਕਦੇ ਫਾਈਨਲ ਮੈਚ ਦੀ ਜਿਹੜੀ ਕਦੇ ਸ਼ੁਰੂਆਤ ਹੋ ਗਈ ਹੈ। ਪਹਿਲਾ ਨੰਬਰ ਕਦੇ ਬੰਦਿਆਂ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ, ਦੂਜਾ ਬਾਈ ਜੋੜ ਗਏ, ਠੀਕ ਹੈ ਜੀ ਦੋ। ਤੇ ਉਧਰਲੇ ਪਾਸੇ ਹਾਲੇ ਤੱਕ ਜਿਹੜਾ ਖਾਤਾ ਨਹੀਂ ਖੁੱਲਿਆ, ਪਹਿਲੇ ਦੋ ਨੰਬਰ ਜਿਹੜੇ ਹਰ ਰਾਏਪੁਰ ਦੀ ਟੀਮ ਦੇ ਹਿੱਸੇ ਜੁੜ ਗਏ ਨੇ, ਬਹਾਦਰ ਗੜੀਆ ਰਵੀ ਆ ਮੁੰਡਾ ਖੇਡ ਮੈਦਾਨ ਦੇ ਵਿੱਚ, ਅੱਜ ਕਹਿੰਦੇ ਹਰ ਰਾਏਪੁਰ ਦੀ ਟੀਮ ਦੇ ਲਈ ਮੁੰਡਾ ਖੇਡਦਾ ਹੈ। ਉਧਰਲੇ ਪਾਸੇ ਕਹਿੰਦੇ ਪੰਜਾਬ ਯਾਰ ਸੁਧੀਰ ਹੈ, ਅੱਜ ਕਹਿੰਦੇ 40 ਤੋਂ ਪਲੱਸ ਟੀਮਾਂ ਸੀ ਆਪਣੇ ਕੋਲ, ਤੇ ਵੱਡੀਆਂ ਵੱਡੀਆਂ ਟੀਮਾਂ ਨੂੰ ਹਰਾ ਕੇ ਇਹ ਦੋ ਟੀਮਾਂ ਜਿਹੜੀਆਂ ਆਪਣੇ ਕੋਲ ਨਿੱਤਰ ਕੇ ਜਿਹੜੀਆਂ ਫਾਈਨਲ ਖੇਡ ਰਹੀਆਂ ਨੇ। ਬਹੁਤ ਵੱਡਾ ਜਿਹੜਾ ਮੈਚ ਖੇਡਿਆ ਜਾਣਾ, ਫੈਸਲੇ ਜਿਹੜੇ ਕਹਿੰਦੇ ਵੱਡੇ ਹੋਣਗੇ, ਵੀ ਹੁਣ ਲੱਗਾ ਮੈਚ ਜਿਹਨੂੰ ਸਾਹਮਣੇ ਵਾਲਾ ਭੇਡ ਕਹਿੰਦੇ ਅਟੈਕਰਾਂ ਡਿਫੈਂਸਰਾਂ ਦਾ, ਜਿਹਨੂੰ ਏਡ ਗੇੜ ਕਹਿੰਦੇ ਅਟੈਕਰਾਂ ਡਿਫੈਂਸਰਾਂ ਦਾ, ਜਿਹਨੂੰ ਏਡ ਗੇੜ ਕਹਿੰਦੇ ਮਾਰ ਮਾਰ ਸ਼ਰਟਾਂ ਭੈੜੇ ਕੱਢਣਗੇ ਅੱਗ ਬਈ, ਤੇ ਕੌਣ ਕਿੰਨੇ ਪਾਣੀ ਵਿੱਚ ਬਹੁਤ ਪਤਾ ਜਾਣਾ ਲੱਗ ਬਈ, ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਬਈ। ਹੁਣ ਥੋੜੇ ਸਮੇਂ ਬਾਅਦ ਜਿਹੜਾ ਕਦੇ ਪਤਾ ਲੱਗ ਜਾਣਾ ਹੈ। ਹੇ ਬੱਲੇ 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 ਬੱਲੇ, ਬਾਰੇਕਾ ਵਾਲਾ ਵਿਕਾਸ ਕਦੇ ਕੋਸ਼ਿਸ਼ ਕਰਦਾ ਹੈ, ਪਰ ਇਧਰਲੇ ਪਾਸੇ ਵੀ ਐਨ ਕਹਿੰਦੇ ਮੁੰਡੇ ਚੰਗੇ ਉਸਤਾਦਾਂ ਦੇ ਚੰਡੇ ਚੇਲੇ ਨੇ, ਮੁੰਡੇ ਜਸ਼ਨ ਵਰਗੇ ਜੱਸੀ ਵਰਗੇ ਕਹਿੰਦੇ ਦੁਨੀਆਂ ਦੇ ਚੋਟੀ ਦੇ ਡਿਫੈਂਸਰ ਖੇਡਦੇ ਆ, ਮੁੰਡੇ ਛੋਟੀ ਉਮਰ ਚ ਖਿਡਾਰੀ ਜਿਹੜੇ ਕਹਿੰਦੇ ਵੱਡੇ ਬਣ ਗਏ ਨੇ। ਹਾਂਜੀ ਇਧਰਲੀ ਹਰ ਰਾਏਪੁਰ ਦੀ ਟੀਮ ਹੈ, ਉਧਰਲੇ ਪਾਸੇ ਜ਼ਿਲ੍ਹੇ ਫਾਜ਼ਿਲਕੇ ਦੀ ਟੀਮ, ਇੱਕ ਪਾਸੇ ਜ਼ਿਲ੍ਹਾ ਬਠਿੰਡਾ ਤੇ ਇੱਕ ਪਾਸੇ ਕਦੇ ਜ਼ਿਲ੍ਹੇ ਫਾਜ਼ਿਲਕੇ ਦੀ ਟੀਮ ਖੇਡਦੇ ਮੈਦਾਨ ਦੇ ਅੰਦਰ ਮੁੰਡੇ ਕਦੇ ਖੇਡਦੇ ਆ। ਲਓ ਸਾਹਮਣੇ ਪੰਜਾਬ ਵਾਲਾ ਸੁਧੀਰ ਕਹਿੰਦੇ ਨੰਬਰ ਆਪਣੀ ਟੀਮ ਦੇ ਇਸੇ ਮੁੰਡੇ ਨੇ ਕਦੇ ਜੋੜ ਦਿੱਤੇ ਆ। ਗਗਨ ਬਾਬਾ ਜੀ ਕਿੰਨੇ ਹੋ ਗਏ, ਦੋ ਦੋ ਦੀ ਬਰਾਬਰੀ ਦੇ ਮੈਚ ਖੇਡਿਆ ਜਾ ਰਿਹਾ, ਦੋ ਦੋ ਨੰਬਰ ਨੇ ਦੋਨਾਂ ਟੀਮਾਂ ਦੇ। ਉਹ ਬੱਲੇ 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 ਬੱਲੇ, ਦੋ ਦੋ ਦੀ ਬਰਾਬਰੀ ਦੇ ਮੈਚ ਹੈ, ਵਾਕਈ ਕਹਿੰਦੇ ਦੋ ਦੋ ਦੀ ਬਰਾਬਰੀ ਦੇ ਮੈਚ ਖੇਡਿਆ ਜਾ ਰਹੇ ਹੈ, ਦੋ ਬਰਾਬਰ ਸਕੋਰ ਆ ਜੀ, ਸਿਰੇ ਦੀ ਖੇਡੀ ਜਾ ਰਹੀ ਹੈ ਖੇਡ ਮੈਦਾਨ ਦੇ ਵਿੱਚ। ਬਹਾਦਰ ਗੜੀਏ ਰਵੀ ਨੇ ਅਗਲੀ ਸਰਵੇ ਕਰਤੀ ਹੈ, ਲਓ ਸਾਹਮਣੇ ਬਿਲਕੁਲ ਬਰਾਬਰੀ ਦੇ ਮੈਚ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਖੇਡ ਦੇ ਗਰਾਊਂਡ ਦੇ ਅੰਦਰ। ਆਪਾਂ ਵੇਖਾਂਗੇ ਇੱਕ ਪਾਸੇ ਕਹਿੰਦੇ ਬਾਰੇਕਾ ਦੀ ਟੀਮ, ਅੱਜ ਮੁੰਡੇ ਕਹਿੰਦੇ ਲੰਬੀ ਦੂਰੀ ਤੈਅ ਕਰਕੇ ਪੁੱਜੇ ਆ, ਹੱਦਾਂ ਸਰਦਾਂ ਤੋਂ ਟੀਮ ਜਿਹੜੀ ਕਦੇ ਚੱਲ ਕੇ ਆਈ ਆ, ਉਹ ਬੱਲੇਬਾਲ ਜਿਹੜੀ ਕਦੇ ਆਊਟ ਹੈ। ਉਧਰਲੇ ਪਾਸੇ ਮੋਨੀ ਹੈ, ਇੱਕ ਪਾਸੇ ਕਹਿੰਦੇ ਜੱਗਾ ਖੇਡਦਾ ਹੈ, ਤੇ ਨੈਟ ਤੇ ਮੁੰਡਾ ਕਹਿੰਦੇ ਰਮਨ ਖੇਡਦਾ, ਮੁੰਡਾ ਕਹਿੰਦੇ ਬਾਰੇਕਾ ਵਾਲਾ, ਬਹੁਤ ਵਧੀਆ ਜਿਹੜੀ ਟੀਮ ਬਣੀ ਹੈ। ਦੂਜੇ ਪਾਸੇ ਤਾਊ ਹੈ ਕਹਿੰਦੇ ਨੈਟ ਤੇ ਜਿਹੜੀ ਤਾਊ ਦੇ ਝਾਪੇ 'ਚ ਆ ਗਈ, ਐਨ ਕਹਿੰਦੇ ਗੱਲਬਾਤ ਮੁੰਡੇ ਨੇ ਲਾ ਦੇਣੀ ਹੈ ਟਿਕਾਣੇ। ਹਾਂਜੀ ਉਹ ਬਾਲ ਓਏ ਮੁੰਡਾ ਤਕੜੀ ਬਾਲ, ਸਤਾਰਾਂ ਦਾ ਮੈਚ ਹੈਗਾ ਗੋਟ ਰੈਫਰੀ। ਅਗਲੀ ਸਰਵਿਸ ਬਹਾਦਰ ਗੜੀਆ ਰਵੀ ਕਰ ਗਿਆ ਮੁੰਡਾ ਖੇਡ ਗਰਾਊਂਡ ਦੇ ਅੰਦਰ, ਚਰਚੇ ਨੇ ਕਹਿੰਦੇ ਬਹਾਦਰ ਗੜੀਏ ਰਵੀ ਅੱਗੇ ਚਰਚੇ, ਅੱਜ ਕੱਲ੍ਹ ਕਹਿੰਦੇ ਸਾਹਨਿਆਲ ਰਹਿੰਦਾ ਜ਼ਿਲ੍ਹੇ ਲੁਧਿਆਣੇ ਦੇ ਵਿੱਚ, ਜੇ ਤੂੰ ਕੁੜੀ ਚੰਡੀਗੜ੍ਹ ਸ਼ਹਿਰ ਦੀ ਮੈਂ ਵੀ ਯੱਟ ਕਹਿੰਦੇ ਲੁਧਿਆਣੇ ਦਾ, ਜੇ ਤੂੰ ਕੁੜੀ ਚੰਡੀਗੜ੍ਹ ਸ਼ਹਿਰ ਦੀ, ਬਹੁਤ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ, ਭਾਈ ਨੇ ਉਹ ਕੁੱਤਿਆਂ ਦੀ ਯਾਦ ਹੋਣੀ ਹੈ, ਕਰਦਾ ਜੋ ਗਾਲ ਸਕੀ ਭੈਣ ਨੂੰ ਜਿਹਨੂੰ ਪਿਓ ਦੀ ਦਾੜੀ ਨੂੰ ਹੱਥ ਪਾਲਿਆ, ਗੱਡਾ ਖੜਾ ਹੋ ਜਿਹਨੂੰ ਪੁੱਤ ਕਹਿਣ ਨੂੰ, ਟੌਮ ਸੌਮ ਗਲੀਆਂ ਚ ਬੜੇ ਫਿਰਦੇ
ਜੰਮਣੇ ਨੀ ਮਾਨਕ ਤੇ ਸਿੰਦੇ ਸੋਹਣਿਆ ਬਾਵਾ ਦੀ ਜੋ ਸਾਡੀ ਵਿੱਚੋਂ ਮਿਲਦੀ ਦਲੇਰੀ ਦਸ ਪੈਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਦਸ ਪੈਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਸੀਨੀਆ ਮਾਵਾ ਦੇ ਸੇਰ ਪੁੱਤ ਦਲੇਰ ਪੁੱਤ ਕਹਿੰਦੇ ਖੇਡ ਰਹੇ ਹੈ ਵਾਓ ਬਾਰੇ ਕਹਿੰਦਾ ਕਮਾਲ ਕਰਦੀ ਮੁੰਡੇ ਨੇ ਫਿਰ ਪੰਜੇਟਿਆਂ ਦੇ ਕਮਲ ਦਾ ਜ਼ਿਕਰ ਹੋਇਆ ਇਹਨਾਂ ਮੈਦਾਨਾਂ ਦੇ ਵਿੱਚ ਅੱਜ ਕੱਲ ਆ ਵੀ ਕਮਲ ਕਹਿੰਦੇ ਟੌਪ ਦਾ ਖਿਡਾਰੀ ਹੈ ਪੰਜਾਬੀ ਵਾਲੇ ਕਹਿੰਦੇ ਸੰਧੀਰ ਨੇ ਸਰਵੇ ਕਰ ਦਿੱਤੀ ਹੈ ਬਹੁਤ ਸੋਹਣੀ ਟੀਮ ਅੱਜ ਬਾਰੇ ਕਹਿੰਦੀ ਖੇਡ ਰਹੀ ਹੈ ਦੂਜੇ ਪਾਸੇ ਹਰਪੁਰ ਦੀ ਟੀਮ ਵੀ ਵੱਡੀ ਟੀਮ ਹੈ ਫਾਈਨਲ ਮੈਚ ਆ ਜੀ ਜਗਜੀਤ ਕਟਾਰੀ ਕੈਨੇਡਾ ਦੀ ਫਾਈਨਲ ਮੈਚ ਆ ਜੀ ਖੇਡਦੇ ਇੱਕ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ ਹੈ ਇੱਕ ਨਹੀਂ ਉਹ ਥਾਂ ਥਾਂ ਬੋਲਦਾ ਹੈ ਕਿਹਦਾ ਪੁੱਤ ਕਿਹਦਾ ਪੋਤਾ ਕਹਿੰਦਿਆ ਕਿਹੜੇ ਕੋਚ ਵੀ ਮਹਾਨ ਦਾ ਇਹਨਾਂ ਮਾਵਾਂ ਦੇ ਪੁੱਤ ਖੇਡਾਂ ਖੇਡਦੇ ਤੇ ਨਾ ਉੱਚਾ ਹੋ ਜੇ ਜੋਧਿਆ ਵੀ ਪੂਰੇ ਖਾਨਦਾਨ ਦਾ ਨਾ ਉੱਚਾ ਹੋ ਜੇ ਪੂਰੇ ਜੋਧਿਆ ਵੀ ਖਾਨਦਾਨ ਦਾ ਦਸ ਕੇਰੀਆਂ ਵਾਲਾ ਨੰਬਰ ਕਿੰਨੇ ਕਿੰਨੇ ਲਗਨ ਬਾਬਾ ਕਿੰਨੇ ਕਿੰਨੇ ਹੋ ਗਏ ਤਿੰਨ ਤੇ ਚਾਰ ਲਓ ਸਾਹਮਣੇ ਸਰਵਿਸ ਕਿਤੇ ਚੇਂਜ ਹੋ ਚੁੱਕੀ ਹੈ ਚਾਰ ਤੇ ਤਿੰਨ ਦੀ ਟੱਕਰ ਜਿਹੜੀ ਚਾਰ ਤਿੰਨ ਸਕੋਰ ਆ ਜੀ ਚਾਰ ਰਵੀ ਤਿੰਨ ਸੁਧੀਰ ਚਮੇਲ ਵਾਲੀ ਭਰਾ ਸਾਡਾ ਆਪਣੇ ਮੋਟਰਸਾਈਕਲ ਦੇ ਕੋਲ ਜਿਹੜਾ ਪੁੱਜ ਗਏ ਮਿੱਤਰ ਮੰਡਲੀ ਜਿਹੜੀ ਚੇਤੇ ਕਰਦੀ ਹੈ ਭਰਾ ਸਾਡੇ ਨੂੰ ਕੁਲਦੀਪ ਭਰਾ ਸਾਡਾ ਚਮੇਲ ਵਾਲੀ ਵੀਰ ਜਿਹੜੇ ਚੇਤੇ ਕਰ ਰਹੇ ਨੇ ਲਓ ਇਧਰਲੇ ਪਾਸੇ ਕਦੇ ਚਾਰ ਨੰਬਰ ਨੇ ਇਧਰਲੇ ਪਾਸੇ ਹਰ ਰਾਏਪੁਰ ਦੀ ਟੀਮ ਦੇ ਤੇ ਤਿੰਨ ਨੰਬਰ ਨੇ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕਾ ਦੀ ਟੀਮ ਦੇ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਅੰਦਰ ਵੀ ਚੜ ਚੜ ਚੰਦਾ ਸੋਹਣਿਆ ਤੂੰ ਕਰ ਰਸ਼ਨਾਈਆਂ ਵੇਖ ਕੇ ਤੈਨੂੰ ਵਤਨ ਪੰਜਾਬ ਦੀਆਂ ਕੁਝ ਯਾਦਾਂ ਆਈਆਂ ਜਿੱਥੇ ਬਚਪਨ ਬੀਤਿਆ ਜਿੱਥੇ ਚੜੀ ਜਵਾਨੀ ਜਿੱਥੇ ਬਚਪਨ ਬੀਤਿਆ ਦਿਨ ਕਿਵੇਂ ਭੁਲਾਵਾ ਤੇ ਸੋਹਣੇ ਦੇਸ਼ ਪੰਜਾਬ ਤੋਂ ਸਦਕੇ ਜਾਵਾ ਰੌਣਕ ਲੱਗੀ ਮੇਲਾ ਜਾ ਰਿਹਾ ਹੈ ਤੇ ਮੇਲਾ ਵੀ ਕਹਿੰਦੇ ਸਫਲਤਾ ਵੱਲ ਹੋਣਾ ਜਾ ਰਿਹਾ ਵੀ ਸਫਲਤਾ ਵੱਲ ਵਧਦਾ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਵੱਡੀਆਂ ਰੌਣਕਾਂ ਲੱਗਦੀਆਂ ਬੜਾ ਮਸ਼ਹੂਰ ਨਗਰ ਹੈ ਸੰਗੂ ਧੌਣ ਦੀ ਧਰਤੀ ਬਹੁਤ ਮੈਚ ਹਰ ਸਾਲ ਦੀ ਤਰ੍ਹਾਂ ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਸੁਪਰ ਸਟਾਰ ਖੇਡਦੇ ਹੈ ਐਤਕੀ ਦੇ ਸਾਲ ਵੀ ਮੋਟਰਸਾਈਕਲਾਂ ਦੇ ਜੇਤੂ ਗੱਡੀਆਂ ਦਾ ਸਨਮਾਨ ਲੈ ਜਾਣ ਵਾਲੇ ਖਿਡਾਰੀ ਖੇਡੇ ਹੈ ਅੱਜ ਦੇ ਦਿਨ ਦਾ ਫਾਈਨਲ ਮੈਚ ਬਾਕੀ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਆ ਬਾਰੇ ਕਾਲਾ ਵਿਕਾਸ ਹੈ ਇਹਨੇ ਹੁਣ ਧੰਨ ਧੰਨ ਕਰਵਾ ਦਿੱਤੀ ਹੈ ਧੰਨ ਗੱਭਰੂ ਜੋ ਬਾਤੇ ਸੁਧਾਰੇ ਮੈਦਾਨਾਂ ਦੇ ਦੇਖ ਫੁੱਲਾਂ ਬਾਗ ਕਿਵੇਂ ਚਿਹਰੇ ਹੱਸਦੇ ਜਵਾਨਾਂ ਦੇ ਕਹੇ ਬੁੱਢਾ ਨਸ਼ਿਆਂ ਦੀ ਲੱਤ ਕਾਕੀ ਭੁੱਲ ਕੇ ਵੀ ਲਾਉਣੀ ਨਾ ਬੱਲਾ ਮਾਰ ਲੈ ਜਵਾਨਾ ਇਹ ਜਵਾਨੀ ਬਾਰ ਬਾਰ ਆਉਣੀ ਨਾ ਬੱਲਾ ਮਾਰ ਲੈ ਜਵਾਨਾ ਜਵਾਨੀ ਦੀ ਵਿਹਾਰ ਹੈ ਜਵਾਨੀ ਦਾ ਨਿੱਘ ਹੈ ਦੋਹੇ ਟੀਮਾਂ ਲਈ ਹਰਜਿੰਦਰ ਬਰਾੜ ਤੇ ਮਣੀ ਕੈਨੇਡਾ ਵੱਲੋਂ 500 ਵਾਹ ਜੀ ਵਾਹ ਹਰਜਿੰਦਰ ਬਰਾੜ ਤੇ ਮਣੀ ਕੈਨੇਡਾ ਦੋਨੋਂ ਟੀਮਾਂ ਦੇ ਲਈ 500 ਦੇ ਵੱਡੇ ਮਾਣ ਵੱਡੇ ਪਿਆਰ ਭੁੱਜ ਗਏ ਹੈ ਵੱਡਾ ਧੰਨਵਾਦ ਕਰਾਂਗੇ ਹਰਜਿੰਦਰ ਬਰਾੜ ਤੇ ਮਣੀ ਕੈਨੇਡਾ ਉਹ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਕਹਿ ਗਿਆ ਗਾਧੋ ਕਾਲੀ ਨੂੰ ਅੱਜ ਨਹੀਂ ਛੱਡਣਾ ਕੋਈ ਜਵਾਨਾ ਬੈਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਆ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਬਰਾੜ ਪਰਿਵਾਰ ਦਾ ਵੀ ਕਹਿੰਦੇ 9 ਮਾਸ ਦਾ ਰਿਸ਼ਤਾ ਇਹਨਾਂ ਖੇਡਾਂ ਦੇ ਨਾਲ ਰਜਿੰਦਰ ਬਰਾੜ ਵਰਗੇ
ਮਣੀ ਕਨੇਡਾ ਵੱਡੇ ਮਾਰ 500 ਦੇ ਨਾਲ ਖੇਡਾਂ ਦੇ ਲਈ। ਹਰਜਿੰਦਰ ਬਰਾੜ ਕੁਲਦੀਪ ਦਾ ਲੜਕਾ ਕਨੇਡਾ ਚ, ਕੁਲਦੀਪ ਬਾਈ ਦਾ ਲੱਕ ਤੇ ਜਿਗਰ ਹੈ, ਵੱਡਾ ਵੀਰ ਸਾਡਾ। ਦੋਨੋਂ ਟੀਮਾਂ ਦੇ ਲਈ 500 ਦੇ ਵੱਡੇ ਮਾਣ ਆ ਗਏ ਹੈ। ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ ਛੋਟੇ ਵੀਰ ਨੂੰ। ਅਮਰੀਕ ਕਿਲਾ ਬਠੂਆ ਜੀ, ਅਮਰੀਕ ਕਿਲਾ ਬਠੂਆ ਜੀ ਸਾਡਾ ਵੀਰ, ਆ ਕੰਮ ਬਹੁਤ ਵਧੀਆ ਵੀ, ਫਾਈਨਲ ਤੋਂ ਪਹਿਲੇ ਜਿਹੜਾ ਹਿਸਾਬ ਕਿਤਾਬ ਨਿਬੜ ਜੇ ਬਹੁਤ ਵਧੀਆ ਗੱਲ ਹੈ। ਬਰੀਕ ਕਿਲਾ ਬਠੂ ਆ ਜੇ ਸਾਡਾ ਵੀਰ, ਜਿਹਾਂ ਦਾ ਚੇਲਾ ਬਾਲਕਾ ਰਾਜ ਸਰਦਾਰ ਦੇ ਬਰੀਕ ਨੂੰ ਭੇਜ ਦੇ। ਬਰੀਕ ਕਿਲਾ ਬਠੂਆ ਜਗਜੀਤ ਸਰਪੰਚ ਕਟਾਰੀ ਵਾਲਾ ਜਾ ਵਸਿਆ ਕਨੇਡਾ, ਉਹ ਕਹਿੰਦੇ ਜੱਟ ਦਾ ਜਿਗਰ ਕਟਾਰੀ ਤੋਂ ਲੈ ਕੇ ਕਨੇਡਾ ਦੀ ਵਾਲੀਬਾਲ ਤੇ ਕੰਦਾ ਹੈ। ਰਵੀ ਦਾ ਹਰ ਇੱਕ ਟੱਪਾ 500 ਦਾ ਆਉਣਾ ਹੈ। ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ, ਨੰਬਰ ਕਹਿੰਦੇ ਬਰਾਬਰੀ ਜੀ ਤੇ ਹੈ, ਕੋਈ ਯਾਵਾ ਫਰਕ ਨਹੀਂ, ਤਕੜਾ ਮੈਚ ਖੇਡਿਆ ਜਾ ਰਿਹਾ। ਬਹਾਦਰ ਗੜੀਆ ਖੜਾ ਹੈ, ਹਲੇ ਨਹੀਂ ਪਤਾ ਵੀ ਕਰ ਕੀ ਦੇਣਾ ਬਹਾਦਰ ਗੜੀਏ ਨੇ, ਪਰ ਉੱਧਰ ਵੀ ਟੀਮ ਵੱਡੀ ਹੈ, ਇੱਧਰ ਵੀ ਬਿਲਕੁਲ ਜੰਗ ਉਮਰ ਦੇ ਮੁੰਡੇ ਖੇਡ ਰਹੇ ਹੈ। ਨਵੀਂ ਟੀਮ ਆਪਾਂ ਕਹਿ ਦਈਏ ਉਹ ਹਰ ਰੈਪਰ ਦੀ ਹੈ, ਪਰ ਟੀਮਾਂ ਸਾਰੀਆਂ ਹਰਾ ਦੀਆਂ ਮੁੰਡਿਆਂ ਨੇ, ਉਹ ਕੱਪ ਵੀ ਟੌਪ ਟੌਪ ਦੇ ਜਿੱਤੇ ਹੈ। ਹਰ ਰੈਪਰ ਪਿੰਡ ਹੈ ਗੋਡਿਆਣੇ ਦੀ ਬੁੱਕਲ ਦੇ ਵਿੱਚ, ਉਹ ਲਾਕਾ ਕਹਿੰਦੇ ਪਿੰਡ ਹੈ ਯੰਡ ਵਾਲੀਆਂ ਦਾ, ਯੰਡ ਵਾਲੇ ਦੀ ਟੀਮ ਵੀ ਤਕੜੀ ਰਹੀ, ਉਸ ਇਲਾਕੇ ਦੀ ਗੱਲਾਂ ਹੋਈਆਂ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ, ਬੱਬਰ ਵਰਗੇ ਸੇਬੂ ਦਾ ਇਲਾਕਾ ਹੈ, ਲੰਬਾ ਸਮਾਂ ਮੁੰਡਾ ਥਰਾਜਲ ਦੀ ਟੀਮ ਦੇ ਲਈ ਖੇਡਦਾ ਹੈ ਰਿਹਾ ਹੈ, ਉਹ ਇਲਾਕੇ ਦੀ ਟੀਮ ਖੇਡ ਮੈਦਾਨ ਦੇ ਵਿੱਚ ਖੇਡ ਰਹੀ ਹੈ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹੈ। ਲੈ ਗਿਰੀਆਂ ਵਾਲਾ ਪਾ ਨੰਬਰਾਂ ਦੀ ਸਾਂਝ ਇੱਕ ਵਾਰੀ ਵੀ, ਕਿੰਨੇ ਕਿੰਨੇ ਨੰਬਰ? ਹਾਂਜੀ, ਚਾਰ ਤੇ ਪੰਜ, ਚਾਰ ਤੇ ਪੰਜ ਦੀ ਟੱਕਰ ਜਿਹੜੀ ਕਦੇ ਖੇਡੀ ਜਾ ਰਹੀ ਹੈ। ਉਧਰਲੇ ਪਾਸੇ ਭਰਾ ਸਾਡੇ ਜਿਹੜੇ ਲਾਈਵ ਜੁੜੇ ਨੇ, ਬਹੁਤ ਵੱਡਾ ਅਸੀਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਵੀਰ ਇਹਨਾਂ ਮੈਚਾਂ ਨੂੰ ਲਾਈਵ ਤੱਕ ਰਹੇ ਨੇ ਭਰਾ ਸਾਡੇ। ਬਹੁਤ ਤਕੜਾ ਮੈਚ, ਫਾਈਨਲ ਮੁਕਾਬਲਾ ਜਿਹੜਾ ਕਿਤੇ ਖੇਡਿਆ ਜਾ ਰਿਹਾ ਹੈ ਅੱਜ ਦੇ ਦਿਨ ਦਾ, ਕਹਿੰਦੇ ਲਾਸਟ ਮੁਕਾਬਲਾ ਜਿਹੜਾ ਕਿਤੇ ਖੇਡ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਬਾਕੀ ਹੈ, ਤੇ ਟੀਮਾਂ ਇੱਕ ਪਾਸੇ ਹਰ ਰਾਏਪੁਰ ਦੀ ਟੀਮ ਤੇ ਦੂਜੇ ਪਾਸੇ ਕਦੇ ਬਾਰੇਕੇ ਦੀ ਟੀਮ ਕਦੇ ਫਾਈਨਲ ਮੈਚ ਖੇਡ ਰਹੀਆਂ ਨੇ। ਟੀਮਾਂ ਵੱਡੀਆਂ ਵੱਡੀਆਂ ਟੀਮਾਂ ਨੂੰ ਹਰਾ ਕੇ ਮੁੰਡੇ ਜਿਹੜੇ ਕਦੇ ਫਾਈਨਲ ਖੇਡ ਰਹੇ ਨੇ, ਤੇ ਗੱਲਾਂ ਕਦੇ ਵੱਡੀਆਂ ਨੇ। ਅੱਜ ਸਵਰਗਵਾਸੀ ਕੁਲਵੀਰ ਸਿੰਘ ਜੀ ਮੈਂਬਰ ਤੇ ਸਵਰਗਵਾਸੀ ਨਿਰਮਲ ਸਿੰਘ ਜੀ ਨੀਮਾ, ਉਹਨਾਂ ਵੀਰਾਂ ਦੀ ਕਹਿੰਦੇ ਯਾਦ ਨੂੰ ਸਮਰਪਿਤ ਅੱਜ ਦਾ ਇਹ ਵੱਡਾ ਖੇਡ ਮੇਲਾ ਭਰਾਵਾਂ ਸਾਡਿਆਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸੇ ਸਾਲ ਜਿਹੜਾ ਕਹਿੰਦੇ ਕਰਵਾਇਆ ਹੈ, ਤੇ ਗੱਲਾਂ ਬਾਤਾਂ ਲੱਗੀਆਂ ਨੇ ਟਿਕਾਣੇ ਮੇਰੇ ਮਿੱਤਰੋ। ਅੱਜ ਕਹਿੰਦੇ ਉਹਨਾਂ ਵਿਛੜੀਆਂ ਰੂਹਾਂ ਨੂੰ ਜਿਹੜਾ ਕਹਿੰਦੇ ਯਾਦਾਂ ਨੂੰ ਜਿਹੜਾ ਤਾਜ਼ਾ ਕੀਤਾ ਜਾ ਰਿਹਾ ਹੈ ਵੀ ਜ਼ਿੰਦਗੀ ਦੀ ਮਾਲਾ ਚੋਂ ਟੁੱਟ ਕੇ ਬਣ ਕੇ ਰੰਗ ਬਿਰੰਗੇ ਕਿੰਨੀਆਂ ਹੀ ਯਾਦਾਂ ਲੈ ਕੇ ਵੇਲੇ ਲੰਘੇ ਮਹਿਫਲ ਸੁਣੀ ਕਰਕੇ ਯਾਰ ਸੀ ਸਾਡੇ ਹੀਰੇ ਕਿੱਥੇ ਆ ਕੇ ਬਦਲ ਗਈ ਤੂੰ ਚੰਦਰੀਏ ਤਕਦੀਰੇ ਲੋਕ ਤਾਂ ਤੁਰ ਜਾਂਦੇ ਪਰ ਯਾਦਾਂ ਕਦੇ ਨਹੀਂ ਮਰਦੀਆਂ ਤੇ ਪਲ ਪਲ ਪਾਰਸਾਂ ਸਾਨੂੰ ਰਹਿਣ ਰੋਲਦੀਆਂ ਤੇਰੇ ਉੱਤੇ ਸ਼ਿਕਵਾ ਰਹੂ ਰੱਬਾ ਵੀ ਤਸਵੀਰਾਂ ਕਿਉਂ ਨਹੀਂ ਬੋਲਦੀਆਂ ਤੇਰੇ ਉੱਤੇ ਸ਼ਿਕਵਾ ਰਹੂ ਰੱਬਾ ਤਸਵੀਰਾਂ ਕਿਉਂ ਨਹੀਂ ਬੋਲਦੀਆਂ। ਬਹੁਤ ਵੱਡੇ ਘਾਟੇ ਕੀ ਘਾਟੇ ਜਾਂਦੇ ਵੀ ਬਹੁਤ ਵੱਡੀ ਗੱਲ ਹੈ ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ ਹੁੰਦਾ ਉਹ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ। ਅੱਜ ਉਹਨਾਂ ਵੀਰਾਂ ਦੀ ਯਾਦ ਹੈ
ਤੇ ਜੋ ਵੀਰ ਸਾਡੇ ਵਿੱਚ ਹੁੰਦੇ ਤੇ ਗੱਲ ਕੁਝ ਹੋਰ ਹੋਣੀ ਸੀ, ਪਰ ਅੱਜ ਉਹਨਾਂ ਦੀ ਯਾਦ ਨੂੰ ਸਾਂਭ ਕੇ ਰੱਖਿਆ ਸਾਡੇ ਵੀਰਾਂ ਨੇ, ਉਹਨਾਂ ਦੀ ਯਾਦ ਦੇ ਵਿੱਚ ਇਹ ਵੱਡਾ ਮੇਲਾ ਆਪਾਂ ਤੱਕ ਰਹੇ ਹੈ ਤੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਲਓ ਤਕੜਾ ਮੈਚ, 3:00 ਕਹਿੰਦੇ 10 ਮਿੰਟ ਦਾ ਸਮਾਂ ਘੜੀ ਤੇ ਹੋ ਚੁੱਕਿਆ ਹੈ। ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ, ਨੰਬਰ ਫਿਰ 13 ਹਰ ਰੈਪਰ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ। ਦਾਦੇ ਪੜਦਾਦਿਆਂ ਨੇ ਪਲਦਾ ਨਾ ਜੋੜੀਆਂ ਸੀ, ਹਉ ਪੋਤਿਆਂ ਨੇ ਪੈਲੀਆਂ ਬਕਾਤੀਆਂ, ਕੁਝ ਲੋਕਾਂ ਨੇ ਤੇ ਜਹਾਜ਼ ਦੇ ਝੂਟਿਆਂ ਲਈ ਭਾਈਆਂ ਨਾਲ ਭੈਣਾਂ ਵੀ ਵਿਆਹ ਦੀਆਂ, ਟਾਲਦੇ ਨੀ ਲੋਕ ਟਾਲੇ ਉਹ ਵੀ ਤਾਂ ਕੈਨੇਡਾ ਭਾਲੇ, ਜ਼ਿੰਦਗੀ 'ਚ ਜਿਹੜਾ ਕਦੇ ਸੰਗਰੂਰ ਨਹੀਂ ਗਿਆ, ਸਾਈਕਲਾਂ ਸਕੂਟਰਾਂ ਦੇ ਲੱਗੇ ਨੇ ਬਥੇਰੇ ਪਰ ਬੰਦੇ ਦਾ ਵੀਰੇ ਕੋਈ ਸਟੈਂਡ ਨਹੀਂ ਰਿਹਾ, ਸਾਈਕਲਾਂ ਸਕੂਟਰਾਂ ਦੇ ਲੱਗੇ ਨੇ ਬਥੇਰੇ ਪਰ ਬੰਦੇ ਦਾ ਕਹਿੰਦੇ ਕੋਈ ਸਟੈਂਡ ਨਹੀਂ ਰਿਹਾ। ਗੱਲ ਤੇ ਸਟੈਂਡ ਦੀ ਹੈ, ਗੱਲ ਤੇ ਕਹਿੰਦੇ ਜ਼ਮੀਰ ਦੀ ਹੈ, ਹਉ ਸਾਹਮਣੇ ਬੰਦੇ ਦੀ ਜ਼ਮੀਰ ਮਰ ਜੇ ਤੇ ਬੰਦਾ ਕਹਿੰਦੇ ਉਹ ਤੋਂ ਪਹਿਲਾਂ ਮਰ ਜਾਂਦਾ ਹੈ, ਗੱਲ ਤੇ ਜ਼ਮੀਰ ਦੀ ਹੈ। ਹਉ ਮੁਕਾਬਲਾ ਕਹਿੰਦੇ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ, ਇੱਕੋ ਰੱਸੇ ਬੰਨੀਆਂ ਨਾ ਜਾਣ ਯਾਰੀਆਂ, ਕਈ ਵਾਰੀ ਆਪਣੇ ਵੀ ਕਰ ਜਾਂਦੇ ਮਾੜੀਆਂ, ਦਿਨ ਵਿੱਚ ਜਿਹੜੇ ਹੁੰਦੇ ਆ ਭਰਾ ਛੋਟੂ ਮਾਜਰਾ ਫਿਰ ਬਾਈ ਤਾਲਾ ਆਇਆ ਤਾਂ ਅੱਜ ਕਿਹੜੀ ਐਵੇਂ ਖੇਲਾ ਦਾ ਬਾਈ, ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ, ਹੁੰਦੇ ਨਾ ਬਦਾਮਾਣਾ ਦਿਮਾਗ ਤੇਜ ਨਹੀਂ, ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ, ਹੁੰਦੇ ਨਾ ਬਦਾਮਾਣਾ ਦਿਮਾਗ ਤੇਜ ਨਹੀਂ, ਧੱਕੇ ਖਾਣੇ ਪੈਂਦੇ ਐ ਫੇਰ ਕਿਤੇ ਜਾ ਕੇ ਦੁਨੀਆਦਾਰੀ ਦੀ ਸਮਝ ਆਉਂਦੀ ਹੈ। ਲਓ ਸਾਹਮਣੇ ਮੈਚ ਤਕੜਾ ਹੈ, ਮੁੰਡਾ ਕਹਿੰਦੇ ਪੰਜਾਬੇ ਵਾਲਾ ਸਰਵੇ ਕਰਨ ਲਈ ਤਿਆਰ ਬਰ ਤਿਆਰ ਹੈ। ਅਗਲੀ ਸਰਵੇ ਗੱਭਰੂ ਨੇ ਕਰ ਦਿੱਤੀ ਖੇਡ ਮੈਦਾਨ ਦੇ ਵਿੱਚ, ਇੱਕ ਪਾਸੇ ਕਹਿੰਦੇ ਜ਼ਿਲ੍ਹਾ ਬਠਿੰਡਾ ਖੇਡ ਰਿਹਾ ਹੈ, ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸੰਕੀ, ਬਠਿੰਡਾ ਬੀਕਾਨੇਰ ਹੋ ਗਿਆ ਹੈ। ਆਓ ਸਾਹਮਣੇ ਬੱਕੋ ਬੱਕ ਗਾਇਕਾਂ ਨੇ ਬਠਿੰਡੇ ਦੀਆਂ ਗੱਲਾਂ ਕੀਤੀਆਂ, ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਾਈਆ, ਵਾਤਾਵਰਨ ਬੜਾ ਖਰਾਬ, ਧੂੰਆਂ ਉੜਦਾ ਥਰਮਲ ਦਾ, ਵੱਖੋ ਵੱਖ ਗਾਇਕਾਂ ਨੇ ਕਹਿੰਦੇ ਗੱਲਾਂ ਕੀਤੀਆਂ। ਨੰਬਰ ਖੇਡ ਮੈਦਾਨ ਦੇ ਵਿੱਚ ਮੈਂ ਦੇਖ ਰਿਹਾ ਵੀ ਪੰਜਾਬੀ ਵਾਲੇ ਨੇ ਆਪਣੀ ਟੀਮ ਕਿੰਨੇ ਕਿੰਨੇ ਹੋ ਗਏ ਗਗਨ ਬਾਬਾ ਜੀ, 5 ਤੇ 6, ਠੀਕ ਹੈ ਜੀ 5 ਤੇ 6, 5 ਨੰਬਰ ਨੇ ਬਾਰਿਕਾ ਦੀ ਟੀਮ ਦੇ ਤੇ 6 ਨੰਬਰ ਇੱਧਰਲੇ ਪਾਸੇ ਹਰ ਰੈਪਰ ਮੱਖਣ ਦੀ ਟੀਮ ਦੇ ਨੇ, 1 ਨੰਬਰ ਦੀ ਲੀਡ ਕਹਿੰਦੇ ਮੁੰਡਿਆਂ ਨੇ ਜਿਹੜੀ ਬਣਾ ਰੱਖੀ ਆ। ਫਾਈਨਲ ਮੈਚ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦਾ, ਸੰਘੂ ਧੌਣ ਪਿੰਡ ਆ ਮੇਰੇ ਮਿੱਤਰੋ ਤੇ ਭਰਾਵਾਂ ਸਾਡਿਆਂ ਨੇ ਜਿਹੜੇ ਕਹਿੰਦੇ ਵੱਡਾ ਖੇਡ ਮੇਲਾ ਇਸ ਧਰਤੀ ਤੇ ਜਿਹੜਾ ਕਰਵਾਤਾ ਹੈ ਵੀ ਸੰਘੂ ਧੌਣ ਦੇ ਮੁੰਡੇ ਵੇਖ ਲਓ, ਮੁੰਡੇ ਸ਼ੌਂਕ ਪਗਾਉਂਦੇ ਨੇ, ਦਸਾਂ ਨਹੁਆਂ ਦੀ ਕਿਰਤ ਕਮਾਈ ਇਹ ਖੇਡਾਂ ਉੱਤੇ ਲਾਉਂਦੇ ਨੇ, ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਣਕਾ ਕੇ, ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ, ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ। ਨੰਬਰ ਬਿਲਕੁਲ ਫਾਈਨਲ ਆ ਜੀ, ਤੇ ਆ ਗਏ ਨੰਬਰ 6 ਬਰਾਬਰ ਪੁਆਇੰਟ ਆ ਜੀ, ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ ਜਿੱਤੇ, ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ। ਮੈਚ ਕਹਿੰਦੇ ਬਿਲਕੁਲ ਬਰਾਬਰੀ ਤੇ ਆ ਗਿਆ ਹੈ, ਜਿੱਤਣਾ ਕਿਹਨੇ ਸਕਦੇ ਰਹਿਣੀ ਹੈ, ਹੋ ਮੇਲਾ ਸੰਬੋਧਾ ਦਾ ਚੱਲਦਾ ਹੈ, ਹੋ ਧੱਕ ਤੇ ਪੈਣੀ ਹੈ, ਧੱਕ ਕਹਿੰਦੇ ਪਈ ਹੋਈ ਆ ਇਧਰਲੇ ਪਾਸੇ, ਵਾਹ ਉਹ ਤੇਰੇ ਜਸ਼ਨੇ ਕਮਾਲ ਜਿਹੜੀ ਕਦੇ ਕਰ ਦਿੱਤੀ ਹੈ ਚੋਬਰ ਨੇ, ਸਰਵਿਸ ਜਿਹੜੀ ਕਹਿੰਦੇ ਚੇਂਜ ਹੋ ਚੁੱਕੀ ਹੈ, 6-6 ਦੀ ਬਰਾਬਰੀ ਤੇ ਬਾਈ ਮੈਚ ਹੈ, ਜੇ ਹੁਣ ਤੱਕ ਮੈਚ ਵਧੀਆ ਲੱਗਦਾ ਇੱਕ ਤਾੜੀ ਤੂੜੀ ਤੇ ਮਾਰੋ ਦੋਨਾਂ ਟੀਮਾਂ ਦੇ ਨਾਂ ਤੇ ਜ਼ੋਰਦਾਰ। ਫਾਈਨਲ ਮੈਚ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ, 6-6 ਦੀ ਬਰਾਬਰੀ, ਨੰਬਰ 7 ਦੇ ਲਈ ਸਰਵਿਸ ਕਰਨ ਲਈ ਮੁੰਡਾ ਕਹਿੰਦੇ ਮੱਖਣ ਇਸ ਸਮੇਂ ਤਿਆਰ ਬਰ ਤਿਆਰ ਹੈ ਖੇਡਦੇ ਮੈਦਾਨ ਦੇ ਅੰਦਰ, ਆਪਾਂ ਵੇਖਾਂਗੇ
ਤਗੜਾ ਮੈਚ ਖੇਡਿਆ ਜਾ ਰਿਹਾ ਹੈ ਇਸ ਸਮੇਂ ਖੇਡ ਗਰਾਊਂਡ ਦੇ ਅੰਦਰ। ਉਧਰਲੇ ਪਾਸੇ ਜੱਗੇ ਵਰਗੇ ਮੁੰਡੇ ਖੇਡਦੇ ਆ, ਸੈਂਟਰ ਚ ਕਦੇ ਪੰਜਾਬੇ ਵਾਲਾ ਸੁਧੀਰ, ਇੱਕ ਪਾਸੇ ਕਦੇ ਕਰਨੀ ਦੇ ਜਿਹੜੇ ਚਰਚੇ ਹੁੰਦੇ ਆ, ਇੱਕ ਲੰਬੀ ਪਾਰੀ ਖੇਡਦਾ ਆ ਰਿਹਾ ਨਾ ਖੇਡ ਦੇ ਮੈਦਾਨਾਂ ਦੇ ਅੰਦਰ ਵੀ ਵੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲਦੇ ਨੀ ਖੁੰਡ ਹਾਂ ਪੁਰਾਣੇ ਬੱਲੀਏ, ਇਹਨਾਂ ਡੋਰਿਆਂ ਨੇ ਸਾਰ ਦੇਣਾ ਕੰਮ ਨੀ, ਬਹੁਤੇ ਥੁੱਕ ਦੀ ਜੇ ਚੱਕੇ ਹਥਿਆਰ ਜੱਟ ਨੇ, ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ, ਉਹਨੇ ਵੇਖੇ ਆ ਨੀ ਇਕੱਲੇ ਐਤਵਾਰ ਜੱਟ ਨੇ, ਉਹਨੇ ਵੇਖੇ ਆ ਨੀ ਇਕੱਲੇ ਐਤਵਾਰ ਜੱਟ ਨੇ। ਵਾਕਈ ਕਹਿੰਦੇ ਗੱਲਾਂ ਲਾ ਦਿੱਤੀਆਂ, ਸੋਹਣਾ ਮੈਚ ਹੈ। ਜਸਨੇ ਨੇ ਕਹਿੰਦੇ ਫੇਰ ਗਲਤੀ ਕਰ ਦਿੱਤੀ ਹੈ, ਪੰਜਾਬੀ ਵਾਲਾ ਫਿਰ ਸਰਵੇ ਕਰ ਗਿਆ ਹੈ, ਖਾਧੇ ਹੈ ਬਦਾਮ ਜੀ ਨੇ ਮੰਗਲਾ, ਉਸੇ ਨੇ ਹੀ ਗੋਡੀਆਂ ਲਵਾਉਣੀਆਂ, ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ ਹੈ, ਖਾਧੀਆਂ ਖੁਰਾਕਾਂ ਦੀ ਗੱਲ ਹੈ, ਮਾਰੀਆਂ ਮਿਹਨਤਾਂ ਮਸ਼ਕਤਾਂ ਦੀਆਂ ਗੱਲਾਂ ਹੈ। ਉਧਰ ਨੰਬਰ ਮੈਨੂੰ ਲੱਗਦਾ ਵੀ ਬਾਬਾ ਜੀ ਸੱਤ ਹੋ ਗਏ, ਸੱਤਵਾਂ ਨੰਬਰ ਲਾਤਾ ਮੁੰਡਿਆਂ ਨੇ, ਅੱਠਵੇਂ ਦੀ ਭਾਲ ਦੇ ਵਿੱਚ ਹੈ, ਇੱਕ ਇੱਕ ਨੰਬਰ ਕਹਿੰਦੇ ਬੜਾ ਕੀਮਤੀ ਹੈ ਖੇਡ ਮੈਦਾਨ ਦੇ ਵਿੱਚ, ਇੱਕ ਇੱਕ ਨੰਬਰ ਬੜਾ ਕੀਮਤੀ ਹੈ, ਸੱਤ ਹੋ ਗਿਆ ਨੰਬਰ ਖੇਡ ਮੈਦਾਨ ਦੇ ਵਿੱਚ, ਅੱਠਵਾਂ ਨੰਬਰ ਕਿਹਨੇ ਜੋੜਨਾ ਹੈ। ਵਾਹ ਸੁਣਿਆ ਦੋਨੋਂ ਟੀਮਾਂ ਦੀ ਖੇਡ ਕਹਿੰਦੇ ਬੜੀ ਕਮਾਲ ਦੀ ਹੈ, ਪਰ ਇੱਧਰ ਪੰਜਾਬੀ ਵਾਲਾ ਉਹ ਸੁਧੀਰ ਕਹਿੰਦੇ ਗਲਤੀ ਕਰ ਗਿਆ ਮੁੰਡਾ, ਕਹਿੰਦੇ ਸੁਧੀਰ ਪੰਜਾਬੀ ਵਾਲਾ ਗਲਤੀ ਕਰ ਗਿਆ ਖੇਡ ਦੇ ਗਰਾਊਂਡ ਦੇ ਅੰਦਰ। ਅਗਲੀ ਸਰਵਿਸ ਕਰਦ ਲਈ ਬਹਾਦਰ ਗੜੀਆ ਰਵੀ ਕਹਿੰਦੇ ਤਿਆਰ ਪਰ ਤਿਆਰ ਹੈ ਖੇਡ ਦੇ ਗਰਾਊਂਡ ਦੇ ਅੰਦਰ, ਆਪਾਂ ਵੇਖਾਂਗੇ ਅਗਲੀ ਸਰਵਿਸ ਰਵੀ ਨੇ ਕਹਿੰਦੇ ਕਰ ਦਿੱਤੀ ਹੈ। ਅੱਜ ਕਹਿੰਦੇ ਹਰ ਰਾਏਪੁਰ ਦੀ ਟੀਮ ਦੇ ਲਈ ਮੁੰਡਾ ਖੇਡਦਾ ਹੈ ਰਵੀ ਕਹਿੰਦੇ ਖੇਡ ਗਰਾਊਂਡ ਦੇ ਅੰਦਰ। ਹਾਂਜੀ ਮਣੀ ਬਰਾੜ ਵੀਰੇ, ਸਕੋਰ ਹੈਗਾ ਜੀ 6-7, 6 ਕੈਮਰੇ ਸਾਹਮਣੇ ਹਰ ਰਾਏਪੁਰ ਦੀ ਟੀਮ ਦੇ, ਵਿਕਾਸ ਵਰਗੇ ਖੇਡਦੇ ਆ ਖੇਡ ਦੇ ਗਰਾਊਂਡ ਦੇ ਅੰਦਰ। ਵੱਡੀ ਟੀਮ ਜਿਹੜੀ ਕਦੇ ਬਣੀ ਹੈ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ, ਫਾਈਨਲ ਮੈਚ ਜਿਹੜਾ ਕਦੇ ਖੇਡਿਆ ਜਾ ਰਿਹਾ ਹੈ, ਵੀ ਮਾਰੀ ਦੇ ਨੀ ਮਿਹਣੇ ਕਦੇ, ਜ਼ਮੀਨ ਦਾਨ ਦੇ ਗਲਾਸਾਂ ਤੇ ਨੀ ਗੋਤ ਲਿਖੀ ਦੇ, ਤੇ ਫੁਕਰੀ ਚ ਟੱਪੀਏ ਨਾ ਕੰਧ ਚੀਨ ਦੀ, ਤੇ ਬੇਇੱਜ਼ਤੀ ਨੂੰ ਸੱਦਾ ਦਿੰਦੀ ਟੁੱਟੀ ਜਿੱਪ ਜੀਨ ਦੀ, ਮਰਗਾਂ ਤੇ ਜਾ ਕੇ ਚੱਪੀਏ ਨਾ ਚਿਗਮਾ, ਜਾਣਾ ਹੁੰਦੇ ਸਭ ਨੇ ਇੱਕ ਦਿਨ ਸ਼ਮਸ਼ਾਨ ਤੇ, ਜ਼ਿੰਦਗੀ ਚ ਉਹ ਬੰਦਾ ਕਦੇ ਨੀ ਡਿੱਗਦਾ ਜਿਹੜਾ ਬੰਦਾ ਖੜ ਜੇ ਜ਼ਬਾਨ ਤੇ, ਉਹ ਜ਼ਿੰਦਗੀ ਚ ਉਹ ਬੰਦਾ ਕਦੇ ਨੀ ਡਿੱਗਦਾ ਜਿਹੜਾ ਬੰਦਾ ਖੜ ਜੇ ਜ਼ਬਾਨ ਤੇ। ਗੱਲ ਤੇ ਜਵਾਨਾਂ ਦੀ ਹੈ, ਪਹਿਲੇ ਸਮਾਂ ਸੀ ਜਵਾਨਾਂ ਦੇ ਸੌਦੇ ਹੁੰਦੇ ਸੀ, ਹੁਣ ਤੇ ਸੌਦੇ ਕਹਿੰਦੇ ਪ੍ਰਨੋਟਾਂ ਦੇ ਹੋ ਗਏ ਹੈ, ਪਹਿਲੇ ਸਮੇਂ 'ਚ ਜਵਾਨਾਂ ਦੇ ਸੌਦੇ ਹੁੰਦੇ ਸੀ, ਸਮੇਂ ਸਮੇਂ ਦੀ ਗੱਲ ਸੀ, ਲੋਕ ਸੱਚੇ ਸੀ, ਸਮਾਂ ਸੀ, ਪਰ ਸਮਾਂ ਬਲਵਾਨ ਹੈ ਖੇਡ ਮੈਦਾਨ ਦੇ ਵਿੱਚ, ਸਮਾਂ ਬਦਲਦਾ ਜਾਂਦਾ ਹੈ, ਸਮਾਂ ਆਪਣੀ ਚਾਲ ਚੱਲਦਾ ਜਾਂਦਾ ਹੈ। ਜਦੋਂ ਮਾੜਾ ਸਮਾਂ ਆਉਂਦਾ ਬੰਦੇ 'ਤੇ, ਉਦੋਂ ਪਤਾ ਲੱਗਦਾ ਵੀ ਕਿਹੜੇ ਖੜਦੇ ਹੈ ਕਿਹੜੇ ਭੱਜਦੇ ਹੈ, ਡੀਜਿਆਂ ਦੇ ਨੱਚਣ ਵਾਲੇ ਤੇ ਬਹੁਤ ਆ ਜਾਂਦੇ ਹੈ, ਪਰ ਮਾੜੇ ਸਮੇਂ ਦੇ ਵਿੱਚ ਪਤਾ ਲੱਗਦਾ ਹੈ, ਮਾੜਾ ਸਮਾਂ ਕਹਿੰਦੇ ਆਪਣਿਆਂ ਦੀ ਪਰਪਰ ਆ ਜਾਂਦਾ ਹੈ। ਗੱਲ ਤੇ ਸਮੇਂ ਸਮੇਂ ਦੀ ਹੈ, ਬਾਰੀ ਕਲਾ ਵਿਕਾਸ ਨੰਬਰ ਦਾ ਫਿਰ ਵਾਧਾ ਕਰ ਗਿਆ ਹੈ, ਮੈਨੂੰ ਲੱਗਦਾ ਵੀ ਅੱਠ ਨੰਬਰ ਹੋ ਗਏ ਹੈ, ਅੱਠਵਾਂ ਜੁੜ ਗਿਆ ਹੈ, ਇੱਧਰ ਸੱਤ ਹੈ ਉੱਧਰ ਅੱਠ ਹੈ, ਕਿਤੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ, ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਡੋਟਣਾ, ਕੱਖੋਂ ਹੌਲੀ ਨਾ ਕਮਾਈਆਂ ਰਹਿੰਦੀਆਂ,
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ, ਉਹ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ, ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਵੀ ਉਹ ਬਾਬਾ ਬੈਠਾ ਜਿਹੜਾ ਵੀਲ ਚੇਅਰ ਤੇ ਹੁੰਦਾ ਸੀਗਾ, ਕਦੇ ਕੋਡੀ ਬਾਡੀ ਖੇਡਦਾ, ਅੱਖਾਂ ਵਿੱਚ ਅੱਜ ਜੀ ਦੇ ਜੋਤ ਹੈ ਨਹੀਂ, ਕਦੇ ਫਿਰਦਾ ਸੀ ਮੇਲਿਆਂ 'ਚ ਮੇਲਦਾ, ਜਵਾਨੀ ਵੇਲੇ ਜਿਹਨੂੰ ਕਦੇ ਤਾਪ ਨਹੀਂ ਸੀ ਚੜਿਆ, ਅੱਜ ਜੀ ਦੇ ਬੋਝੇ 'ਚ ਦਵਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ, ਹੋ ਸਦਾ ਨਹੀਂ ਬੰਦਿਆਂ ਚੜਾਈਆਂ ਰਹਿੰਦੀਆਂ, ਸਦਾ ਨਹੀਂ ਕੋਈ ਸਮਾਂ ਰਹਿੰਦਾ ਹੈ, ਸਮੇਂ ਦੀਆਂ ਗੱਲਾਂ ਖੇਡ ਮੈਦਾਨ ਦੇ ਵਿੱਚ ਅੱਜ ਚੜਾਈ ਇਹਨਾਂ ਮੁੰਡਿਆਂ ਦੀ ਹੈ। ਆਓ ਕਦੇ ਕਰਨ ਵਰਗਿਆਂ ਨੇ ਮਾਰੀਆਂ ਬਾਲਾਂ ਜੱਪ ਲੈ ਕੇ, ਗੱਲ ਤੇ ਸਮੇਂ ਦੀ ਹੈ, ਕਾਹਦਾ ਨੰਬਰ ਜੋੜਿਆ ਨੌ ਸੱਤ ਤੋਂ ਸਾਈਡਾਂ ਤੇ ਜੀ ਨੌ ਬਾਰੇ ਕਾ ਦੂਜੀ ਕਲਬ ਗਿਆ ਪ੍ਰਸਾਦੀ ਲੈ ਗਿਆ, ਅਸੀਂ ਬਿਨਾਂ ਗਿਣੇ ਦੁੱਖ ਝੱਲੇ ਨੇ, ਫੂਕਾ ਮਾਰ ਕੇ ਦਰਦ ਨਹੀਂ ਜਾਣਾ, ਜ਼ਖਮੀ ਬਾਲੇ ਅੱਲੇ ਨੇ, ਪਾਰਸਾ ਸਾਹ ਸਾਹਾਂ ਦੀ ਬਾਲੇ ਬਿਨਾਂ ਮਿਲੇ ਸੱਟ ਚੱਲੇ ਨੇ, ਦੁਨੀਆਂ ਤੋਂ ਸਾਨੂੰ ਇਕੱਲੇ ਕਰਤਾ, ਤੂੰ ਚੰਦਰਿਆ ਇਕੱਲੇ ਨੇ, ਦੁਨੀਆਂ ਤੋਂ ਸਾਨੂੰ ਇਕੱਲੇ ਕਰਤਾ, ਤੂੰ ਚੰਦਰਿਆ ਇਕੱਲੇ ਨੇ, ਕਦੇ ਮੂੰਹ ਵਾਲੇ ਪਾਰਸ ਨੇ ਲਿਖਿਆ ਹੈ, ਪਰ ਇੱਧਰ ਮੈਨੂੰ ਲੱਗਦਾ ਵੀ ਨੌ ਨੰਬਰ ਹੋ ਗਿਆ ਹੈ, ਤੇ ਉਧਰਲੀ ਸਾਈਡ ਸੱਤ ਨੰਬਰ ਹੈ ਜੀ, ਨੌ ਤੇ ਸੱਤ ਦੀ ਟੱਕਰ ਹੈ, ਦੋ ਨੰਬਰਾਂ ਦਾ ਫਰਕ ਹੈ ਖੇਡ ਮੈਦਾਨ ਦੇ ਵਿੱਚ, ਦੋ ਨੰਬਰਾਂ ਦੀ ਲੀਡ ਮੁੰਡੇ ਬਾਹਰੇ ਕਲੇ ਮੋਰ ਦੇ ਇਲਾਕੇ ਦੇ ਖੇਡ ਮੈਦਾਨ ਦੇ ਵਿੱਚ ਬਣਾਈ ਫਿਰ ਲਓ ਸਾਹਮਣੇ, ਕਦੇ ਦੋ ਨੰਬਰਾਂ ਦੀ ਲੀਡ ਜਿਹੜੀ ਕਦੇ ਮੁੰਡਿਆਂ ਨੇ ਬਣਾ ਰੱਖੀ ਆ, ਅਗਲੀ ਸਰਵਿਸ ਕਰਨ ਲਈ ਵਿਕਾਸ ਕਦੇ ਤਿਆਰ ਪਰ ਤਿਆਰ ਹੈ, ਖੇਡ ਦੇ ਗਰਾਊਂਡ ਦੇ ਅੰਦਰ ਮੁੰਡੇ ਨੇ ਕਦੇ ਅਗਲੀ ਸਰਵਿਸ ਜਿਹੜੀ ਕਦੇ ਕਰ ਦਿੱਤੀ ਹੈ, ਵੀ ਦੋ ਮੰਜੀਆਂ ਨੂੰ ਜੋੜ, ਸਪੀਕਰ ਲੱਗਣੇ ਨੀ, ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨੀ, ਮਾਣਕ ਹੱਦ ਮੁਕਾ ਗਿਆ, ਗਾਦਾ ਕੱਲੀਆਂ ਦੀ ਮੁੜ ਮੁੜ ਯਾਦ ਸਤਾਵੇ, ਉਹ ਪਿੰਡ ਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ, ਪਿੰਡ ਦੀਆਂ ਗਲੀਆਂ ਦੀ, ਇਧਰਲੇ ਪਾਸੇ ਕਦੇ ਬਾਲ ਜਿਹੜੀ ਕਦੇ ਪੱਟੀ ਤੋਂ ਮੁੜ ਗਈ ਹੈ, ਤੇ ਸਫਲਤਾ ਜਿਹੜੀ ਹਰ ਰਾਏਪੁਰ ਮੱਖਣ ਦੀ ਟੀਮ ਦੇ ਹਿੱਸੇ ਜਿਹੜੀ ਜਾ ਜੁੜ ਗਈ ਹੈ, ਸੱਤ ਤੇ ਨੌ, ਸੱਤ ਤੇ ਕਹਿੰਦੇ ਨੌ ਦੀ ਟੱਕਰ ਹੈ, ਉਧਰ ਜਿੰਦਰ ਬਰਾਡ ਬੈਠਾ ਹੀ ਅੱਟ ਕਨੇਡਾ ਦੇ ਵਿੱਚ, ਐਨ ਵੱਡੀ ਕਹਿੰਦੇ ਲੀੜੀ ਲਾਈ ਹੈ, ਤੇ ਪੰਜ ਸੱਤ ਗੋਰੇ ਵੀ ਇਕੱਠੇ ਕਰਕੇ ਬਹਾਏ ਹੈ, ਵੀ ਅੱਜ ਪਿੰਡ ਦੇ ਵਿੱਚ ਮੇਲਾ ਹੈ, ਜਿੰਦਰ ਬਰਾਡ ਕਹਿੰਦਾ ਵੀ ਜਿਹੜੀ ਟੀਮ ਜਿੱਤ ਗਈ 1100 ਦੇਣਾ ਆਪਾਂ ਜੇਤੂ ਟੀਮ ਨੂੰ, ਘਰ ਘਰ ਪੁੱਤ ਜਾਂਦੇ, ਉਹ ਜਿੰਦਰ ਬਰਾਡ ਨੀ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜਾਂਦੇ, ਵਾਕਈ ਜੱਟ ਦਾ ਕਹਿੰਦੇ ਜਿਗਰਾ ਵੱਡਾ, ਜੱਟ ਦਾ ਦਿਲ ਵੱਡਾ ਹੈ, ਦੁਨੀਆਂ ਕੋਲੇ ਪੈਸਾ ਬਹੁਤ ਹੀ ਜ਼ਿਆਦਾ ਪਿਆ, ਪਰ ਦਾਨ ਕਰਨ ਲਈ ਸਿਆਣੇ ਕਹਿੰਦੇ ਦਿਲ ਚਾਹੀਦਾ, ਜਿਗਰਾ ਚਾਹੀਦਾ, ਜਿਗਰੇ ਤੋਂ ਬਿਨਾਂ ਦਾਨ ਨਹੀਂ ਹੁੰਦਾ, ਪੈਸਾ ਕਾਮ ਬਨੇਰੇ ਦਾ, ਕਦੇ ਐਸ ਬਨੇਰੇ ਤੇ ਕਦੇ ਉਸ ਬਨੇਰੇ ਤੇ, ਕਦੇ ਆਸਕ ਮੇਰੇ ਤੇ ਕਦੇ ਆਸਕ ਤੇਰੇ ਤੇ, ਪੈਸਾ ਆਉਂਦਾ ਜਾਂਦਾ ਰਹਿੰਦਾ, ਪਰ ਜਿੰਦਰ ਬਰਾੜ ਵਰਗਿਆਂ ਨੂੰ ਦੁਨੀਆਂ ਲੰਬਾ ਸਮਾਂ ਯਾਦ ਕਰਦੀ ਹੈ, ਜੇਤੂ ਟੀਮ ਦੇ ਲਈ 1100 ਦਿੱਤਾ ਜਾਣਾ, ਜਿੰਦਰ ਬਰਾੜ ਹੈ ਸਾਡਾ ਬੈਠਾ ਕਨੇਡਾ ਦੇ ਵਿੱਚ, ਜੱਟ ਦੀਆਂ ਗੱਲਾਂ ਕਹਿੰਦੇ ਸੰਗੂ ਧੌਣ ਤੋਂ ਲੈ ਕੇ ਕਨੇਡਾ ਦੀ ਵਾਲੀਬਾਲ ਤੱਕ ਹੁੰਦੀਆਂ, ਆਓ ਸਾਹਮਣੇ ਮੈਚ ਕਹਿੰਦੇ ਬੜਾ ਤਕੜਾ ਖੇਡਿਆ ਜਾ ਰਿਹਾ, ਲੈ ਵੀ ਕਰੀ ਗੱਲ ਸੂਰਜ ਮੁੰਡਿਆਂ ਦੀ ਖੇਡ ਮੈਦਾਨ ਦੇ ਵਿੱਚ, ਲਓ ਸਾਹਮਣੇ ਇਧਰਲੇ ਪਾਸੇ ਕਦੇ ਮੁੰਡੇ ਜ਼ੋਰ ਲਾਈ ਆਉਂਦੇ ਨੇ, 21,000 ਤੇ 16,000 ਦੇ ਕਦੇ ਫੈਸਲੇ ਹੋਣੇ ਆ, ਪਹਿਲਾ ਪ੍ਰਾਈਜ ਕਦੇ 21,000 ਤੇ ਦੂਜਾ ਪ੍ਰਾਈਜ ਕਦੇ 16,000 ਦਿੱਤਾ ਜਾਣਾ, ਤੇ ਉਧਰਲੇ ਪਾਸੇ 1100 ਹੋਰ ਭਰਾਵਾਂ ਨੇ ਜਿਹੜਾ ਐਡ ਕਰ ਦਿੱਤਾ ਹੈ, ਭਰਾ ਸਾਡੇ ਕਨੇਡਾ ਵਾਲੇ ਵੀਰਾਂ ਦੇ
ਗੱਲਾਂ ਬਾਤਾਂ ਹੋੜ ਗਈਆਂ, ਜਿਹੜੀ ਟੀਮ ਜਿੱਤ ਗਈ ਉਸ ਟੀਮ ਨੂੰ ਜਿਹੜਾ 1100 ਦੇ ਨਾਲ ਵੱਡਾ ਕਹਿੰਦੇ ਮਾਣ ਸਨਮਾਨ ਭਰਾ ਸਾਡੇ ਦੇ ਵੱਲੋਂ ਜਿਹੜਾ ਦਿੱਤਾ ਜਾਂਦਾ ਮਣੀ ਵੀਰੇ ਵੇਟ ਕਰੋ ਜੀ ਬਰਾੜ ਕੈਨੇਡਾ ਵੀਰ ਸਾਡਾ ਤਹਿ ਦਿਲ ਤੋਂ ਅਸੀਂ ਵੱਡਾ ਧੰਨਵਾਦ ਕਰਾਂਗੇ ਨਾਲ ਵੀਰ ਸਾਡਾ ਮੁੰਦਰੀ ਆਸਟ੍ਰੇਲੀਆ ਸਾਰੇ NRI ਭਰਾਵਾਂ ਦਾ ਉਹ ਤਹਿ ਦਿਲ ਤੋਂ ਵੱਡਾ ਧੰਨਵਾਦ ਹੈ ਇਧਰਲੇ ਪਾਸੇ ਕਹਿੰਦੇ ਸੁਧੀਰ ਨੇ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਮੁੰਡੇ ਨੇ ਨੰਬਰ ਦਾ ਫਿਰ ਰੀਨਾ ਉੱਚੇ ਹੋਵਨ ਦਾ ਸਿਖਰਾਂ ਵਾਲੇ ਫਲ ਵੀ ਸੁੱਕਦੇ ਵੇਖੇ ਨੇ ਪਿਆਰ ਦੇ ਉੱਤੇ ਮਿੱਤਰਾ ਪੈਸਾ ਭਾਰੀ ਆ ਸਾਹਾਂ ਵਾਲੇ ਰਿਸ਼ਤੇ ਟੁੱਟਦੇ ਵੇਖੇ ਨੇ ਜਿੰਨਾ ਕਰਕੇ ਅਸੀਂ ਰੱਬ ਰਸਾਲਿਆ ਸੀ ਸਮਾਂ ਆਉਣ ਤੇ ਉਹ ਵੀ ਰੁੱਸਦੇ ਦੇਖੇ ਨੇ ਖੂਹਾਂ ਨੂੰ ਵੀ ਕਿੱਡੇ ਪਾਸਾ ਬਹਿ ਪਏ ਕੀ ਦੱਸਾਂ ਇੱਥੇ ਦਰਿਆ ਵੀ ਸੁੱਕਦੇ ਦੇਖੇ ਨੇ ਕੀ ਦੱਸਾਂ ਇੱਥੇ ਦਰਿਆ ਵੀ ਸੁੱਕਦੇ ਦੇਖੇ ਨੇ ਕਰਦੇ ਸਮੇਂ ਦੀ ਦੱਸੋ ਬਾਬਾ ਨੰਬਰ ਕਿੰਨੇ ਕਿੰਨੇ ਹੋ ਗਏ ਆ ਵੀ ਕਿੰਨੇ ਹੋ ਗਏ ਅਗਲੇ ਦੱਸ ਹੋ ਗਏ ਦਸ ਤੇ ਸੱਤ ਤਿੰਨ ਕੁ ਨੰਬਰਾਂ ਦਾ ਫਰਕ ਹੈ ਦਸ ਨੰਬਰ ਹੋ ਗਏ ਬਾਰੇ ਕਾਲੇ ਮੁੰਡਿਆਂ ਦੇ ਉਧਰ ਮੁੰਡੇ ਕਹਿੰਦੇ ਟਾਈਮ ਆਊਟ ਹੈ ਉਹ ਫਰਕ ਕਹਿੰਦੇ ਤਿੰਨ ਨੰਬਰਾਂ ਦਾ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਬੈਠ ਕਨ ਗੌਰ ਦਾ ਕਰੀ ਕਦੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਕਰੀ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਦਿੱਲੀ ਤੇ ਲਾਹੌਰ ਵਰਗਾ 1100 ਰੁਪਿਆ ਕੇਰਾਂ ਦਾ ਬੋਲਤਾ ਰਜਿੰਦਰ ਵੀਰੇ ਦੁਬਾਰਾ ਫੇਰ ਬੋਲਣਾ ਮਣੀ ਕੈਨੇਡਾ ਵੱਲੋਂ ਗੱਲਾਂ ਇਹ ਸੰਗੂ ਤੁਹਾਡਾ ਫਾਈਨਲ ਖੇਡਿਆ ਜਾ ਰਿਹਾ ਹੈ ਵੱਖੋ ਵੱਖ ਚੈਨਲਾਂ ਦੇ ਜ਼ਰੀਏ ਅੱਜ ਪੂਰੀ ਦੁਨੀਆ ਜੁੜੀ ਹੋਈ ਹੈ ਵੱਖੋ ਵੱਖ ਕੰਟਰੀਆਂ ਤੋਂ ਵੱਡਾ ਧੰਨਵਾਦ ਆਪਾਂ ਕਰਾਂਗੇ ਹਾਂਜੀ ਚਾਂਗਲੀ ਸਾਹਿਬ ਇੱਕ ਮਿੰਟ ਬੂਟਾ ਜੀ ਹਰਜਿੰਦਰ ਵੀਰੇ ਦੱਸਿਓ ਦੁਬਾਰਾ ਬੋਲਣਾ ਜੀ ਇੱਕ ਤਾਂ 1100 ਰੁਪਏ ਆਪਾਂ ਬੋਲਤਾ ਜਿਹੜੀ ਜਿੱਤੂ ਹਰਜਿੰਦਰ ਬਰਾੜ ਵੱਲੋਂ ਇਹ ਮਣੀ ਕੈਨੇਡਾ ਵੱਲੋਂ ਅਲੱਗ ਆ ਕਿ ਉਹੀ ਆ 1100 ਵੀਰੇ ਮਾੜਾ ਦੱਸਿਓ ਜੀ ਜੋਗੀਆ ਦੀ ਟੀਮ ਨਹੀਂ ਸੀ ਅੱਜ ਮੋਨੂ ਵੀਰੇ ਥੋੜਾ ਕਨਫਰਮ ਕਰ ਦਿਓ ਜੀ ਹਰਜਿੰਦਰ ਬਰਾੜ ਜੀ ਇਹ 1100 ਅਲੱਗ ਆ ਕਿ ਉਹੀ ਆ ਅਗਲੇ ਪਾਸੇ ਗਗਨ ਹੈ ਭਰਾ ਸਾਡਾ ਬਹੁਤ ਬਹੁਤ ਧੰਨਵਾਦ ਬੂਟਾ ਜੀ 1100 ਰੁਪਿਆ ਮਣੀ ਕੈਨੇਡਾ ਵੱਲੋਂ 1100 ਹਰਜਿੰਦਰ ਕੈਨੇਡਾ ਵੱਲੋਂ ਜਿਹੜੀ ਟੀਮ ਜਿੱਤੂ ਵਾਹ ਜੀ ਵਾਹ 1100 ਮਣੀ ਕੈਨੇਡਾ ਵੱਡੀਆਂ ਵੀ ਆ ਗਿਆ ਜੇਤੂ ਟੀਮ ਦੇ ਲਈ ਬੜਾ ਪਿਆਰ ਹੈ ਕਹਿੰਦੇ ਜਿੰਦਰ ਬਰਾੜ ਤੇ ਮਣੀ ਕੈਨੇਡਾ ਦਾ 1100 ਰੁਪਿਆ ਜਿੰਦਰ ਬਰਾੜ ਤੇ 1100 ਰੁਪਿਆ ਮਣੀ ਕੈਨੇਡਾ ਵੱਡੀਆਂ ਸ਼ੇਰੂ ਵਰਗੇ ਨਹੀਂ ਆਏ ਵੀਰੇ ਕੱਲ ਨੂੰ ਆਉਣਗੇ ਸ਼ੇਰੂ ਵਰਗੇ ਵੀਰੇ ਅੱਜ ਹੀ ਕਹਿ ਦਈ ਆਪਾਂ ਜਾਏ ਮਾਣ ਖੜੇ 41000 ਦੇ ਫੈਲ ਅੱਜ ਨਹੀਂ ਹੈ ਇਹਨਾਂ ਵੀਰਾਂ ਦੀ ਬਦੌਲਤ ਤੇ ਮੇਲੇ ਸੌਂਦੇ ਹੈ 1100 ਮਣੀ ਕੈਨੇਡਾ ਸਾਡਾ ਤੇ 1100 ਜਿੰਦਰ ਬਰਾੜ ਵੱਡੀਓ ਜੇਤੂ ਟੀਮਾਂ ਦੇ ਲਈ ਹੋਣਾ ਹੈ ਬਹੁਤ ਸੋਹਣਾ ਮੈਚ ਬਹਾਦਰ ਗੜੀਆ ਰਵੀ ਸਰਵੇ ਕਰਨ ਲਈ ਤਿਆਰ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਬਹਾਦਰ ਗੜੀਏ ਨੇ ਕਹਿੰਦੇ ਸਰਵੇ ਕਰ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਲਓ ਤਾਊ ਇਹ ਵੀ ਕਹਿੰਦੇ ਸਿਰੇ ਦਾ ਖਿਡਾਰੀ ਹੈ ਸਾਡੀ ਖੇਡ ਦਾ ਤਾਊ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਨੰਬਰ ਫਿਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਹਰ ਉੱਪਰ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਫਾਈਨਲ ਹੈ ਮੈਚ ਹੋਵੇ ਫਾਈਨਲ ਖੜਕ ਕੇ ਲੱਗੇ ਨਾ ਤਾਂ ਫਿਰ ਦੁੱਖ ਹੁੰਦਾ ਏ ਸੌੜ ਦੀ ਮਸ਼ਹੂਰੀ ਹੋਵੇ ਪੂਰੇ ਇਲਾਕੇ ਵਿੱਚ ਬੱਦਲ ਵਾਂਗੂ ਗੱਜੇ ਨਾ ਤਾਂ ਕਹਿੰਦੇ ਫੇਰ ਦੁੱਖ ਹੁੰਦਾ ਏ ਸੌਣ ਵੀ ਕਹਿੰਦੇ ਕਮਾਲ ਦਾ ਜਿਹੜੇ ਪੈਸੇ ਬੋਲੇ ਜਾ ਰਹੇ ਨੇ ਨਾਲ ਦੀ ਨਾਲ ਆਪਣੇ ਕੋਲੇ ਆਉਂਦੇ ਆ ਬਹੁਤ ਖੁਸ਼ੀ ਦੀ ਗੱਲ ਹੈ ਵਾਹ ਜੀ ਵਾਹ ਵਾਕਈ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਪੈਸੇ ਬੋਲਦੇ ਤੇ ਨਾਲ ਦੀ ਨਾਲ ਹੀ ਉਹ ਪੈਸੇ ਪਹੁੰਚਦੇ ਹੋ ਜਾਂਦੇ ਹੈ ਜਿੰਦਰ ਬਰਾੜ ਦਾ ਧੰਨਵਾਦ ਹੈ ਮਣੀ ਕੈਨੇਡਾ ਦਾ ਧੰਨਵਾਦ ਹੈ ਜਸ ਬਰਾੜ ਦਾ ਧੰਨਵਾਦ ਹੈ ਜਿਹੜੇ ਵੀਰਾਂ ਨੇ ਜਦੋਂ ਪੈਸੇ ਬੋਲੇ
ਤੇ ਨਾਲ ਦੀ ਨਾਲ ਹੀ ਪਹੁੰਚਦੇ ਕਰਦੇ ਹੈ। ਸਾਰੇ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ, ਸਾਰੇ ਵੀਰ ਬੜੇ ਸਤਿਕਾਰਯੋਗ ਹੈ। ਲਓ ਅਗਲੀ ਸਰਵਿੰਗ ਕਰਨ ਦੇ ਲਈ ਗੱਭਰੂ ਖੇਡ ਮੈਦਾਨ ਦੇ ਵਿੱਚ ਰਵੀ ਬਹਾਦਰ ਗੜੀਆ ਆ ਰਿਹਾ ਹੈ। ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਪਾਣੀ ਪਾਉਂਦਾ ਕਰ ਦਿਓ ਜੀ। ਲਓ ਬਹਾਦਰ ਗੜੀਆ ਰਵੀ ਕਹਿੰਦੇ ਤਿਆਰ ਹੈ। ਚੋਰੀ ਜੱਗ ਤੋਂ ਸੀ ਲਾਈਆਂ ਚੋਰੀ ਰਹਿਣ ਦੇ ਟੁੱਟੀਆਂ ਦਾ ਚੱਕੀ ਪੜਦਾ, ਚੋਰੀ ਜੱਗ ਤੋਂ ਸੀ ਲਾਈਆਂ ਚੋਰੀ ਰਹਿਣ ਦੇ ਨਾ ਟੁੱਟੀਆਂ ਦਾ ਚੱਕੀ ਪੜਦਾ, ਪਿੰਡ ਕਾਲਚਰਾਂ ਦੀ ਗੱਲਾਂ ਹੋਣ ਤੋਂ ਪ੍ਰੀਤ ਮੇਰਾ ਦਿਲ ਡਰਦਾ ਹੈ, ਕੋਈ ਤੈਨੂੰ ਕੋਈ ਮੈਨੂੰ ਮਾੜੀ ਕਹਿਣਗੇ ਵੀ ਮਿਹਣਿਆਂ ਦੀ ਗੁਲਾਮ ਨਾ ਕਰੀ, ਜਿੰਨੀ ਨਿਭਗੀ ਨਿਭਾਲੀ ਆਪਾਂ ਸੋਹਣਿਆ, ਹਾੜਾ ਬਦਨਾਮ ਨਾ ਕਰੀ, ਜਿੰਨੀ ਨਿਭਗੀ ਨਿਭਾਲੀ ਆਪਾਂ ਸੋਹਣਿਆ, ਹਾੜਾ ਬਦਨਾਮ ਨਾ ਕਰੀ। ਉਧਰਲੇ ਪਾਸੇ ਕਦੇ ਸਰਵਿਸ ਮੁੰਡਿਆਂ ਨੇ ਫੇਰ ਜਿਹੜੀ ਕਦੇ ਕਰ ਦਿੱਤੀ ਹੈ। ਐਨ ਆਰ ਆਈ ਭਰਾਵਾਂ ਦੇ ਵੀ ਕਹਿੰਦੇ ਬਹੁਤ ਵੱਡੇ ਸਾਨੂੰ ਜਿਹੜੇ ਸਹਿਯੋਗ ਨੇ ਅੱਜ ਦੇ ਇਸ ਵੱਡੇ ਕੱਪ ਦੇ ਲਈ, ਤੇ ਭਰਾਵਾਂ ਸਾਡਿਆਂ ਨੇ ਕਹਿੰਦੇ ਪ੍ਰਾਈਜ਼ ਦੇ ਵਿੱਚ ਵੀ ਕਹਿੰਦੇ ਵਾਧਾ ਕੀਤਾ ਹੈ। ਜਿਹੜੀ ਟੀਮ ਜਿੱਤ ਗਈ 11-1100 ਮਣੀ ਕਨੇਡਾ ਭਰਾ ਸਾਡਾ ਨਾਲ, ਹਰਜਿੰਦਰ ਬਰਾੜ ਕਨੇਡਾ, ਇਹਨਾਂ ਵੀਰਾਂ ਦੇ ਵੱਲੋਂ ਜਿਹੜੇ ਦਿੱਤੇ ਜਾਣਗੇ। ਲਓ ਇੱਧਰਲੇ ਪਾਸੇ ਕਹਿੰਦੇ ਨੰਬਰ ਹੁਣ ਕੌਣ ਜੋੜਦਾ ਹੈ, ਜਾਂ ਫਿਰ ਹੁੰਦੀ ਹੈ ਸਰਵਿਸ ਚੇਂਜ, ਗੱਲਾਂ ਜਿਹੜੀਆਂ ਸਮੇਂ ਦੀਆਂ ਉਹ ਟਾਈਮ ਦੀਆਂ ਜਿਹੜੀਆਂ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਾਲ ਅਗਲੀ ਸਰਵੇ ਕਰਦੇ ਲਈ ਗੱਭਰੂ 17 ਗੜੀਏ ਨੇ ਨੰਬਰ ਵੀ ਕਹਿੰਦੇ ਨੇੜੇ ਲਾਗੇ ਹੈ, ਉਹ ਨੰਬਰ ਵੀ ਨੇੜੇ ਤੇੜੇ ਜੇ ਲਾਗੇ ਹੈ। ਫਾਈਨਲ ਖੇਡਿਆ ਜਾ ਰਿਹਾ 12-10 ਪਹਿਲਾਂ ਇੱਧਰ ਲੀਡ ਸੀ, ਤੇ 4 ਨੰਬਰ ਮੁੰਡਿਆਂ ਨੇ ਕਹਿੰਦੇ ਇਕੱਠੇ ਲਾਦੇ ਹੈ, ਉਹ ਨੰਬਰ 5ਵਾਂ ਵੀ ਲਾ ਗਿਆ ਹੈ। 12 ਪਲੱਸ ਕਰੀਏ 13 ਹੋ ਗਏ ਹੈ। ਮਾੜਾ ਟਾਈਮ ਕਰਾਉਂਦਾ ਪਰਖ ਯਾਰਾ, ਕਿਹੜੇ ਆਪਣੇ ਤੇ ਕਿਹੜੇ ਗੈਰ ਯਾਰਾ, ਕਿਹੜੇ ਕਿਹੜੇ ਦਿਲ ਤੋਂ ਚਾਹੁੰਦੇ ਹੈ ਤੇ ਕਿਹੜੇ ਕਿਹੜੇ ਸਦਗੇ ਪੈਰ ਯਾਰਾ। ਮੈਂ ਪੜ੍ਹਿਆ ਨਹੀਂ ਕਿਤਾਬਾਂ ਨੂੰ, ਬਸ ਚਿਹਰੇ ਪੜ੍ਹਦੇ ਸਿੱਖ ਲਏ ਨੇ, ਚੰਗੇ ਟੈਂਟ ਪਰਦੇ ਚੱਕਾਂਗੇ, ਨਾ ਸਭ ਦੇ ਦਿਲ ਤੇ ਲਿਖ ਲਏ ਨੇ, ਨਾ ਸਭ ਦੇ ਦਿਲ ਤੇ ਲਿਖ ਲਏ ਨੇ ਬਹਾਦਰ ਗੜੀਆ। ਪਰ ਬਾਲ ਕਹਿੰਦੇ ਥੋੜੀ ਆਊਟ ਹੈ, ਆਊਟ ਬਾਲ, ਆਊਟ ਬਾਲ, ਥੋੜੀ ਆਊਟ ਹੈ। 10-13 ਦੀ ਟੱਕਰ ਹੈ। ਬਾਬੇ ਨਾਨਕਣੇ ਵੀ ਕਹਿੰਦੇ 13-13 ਤੋਲਿਆ ਹੈ, ਨਾ ਕੋਈ ਤੇਰਾ ਨਾ ਕੋਈ ਮੇਰਾ, ਸਭ ਏਕ ਹੈ। ਗੁਰੂ ਘਰ ਦਾ ਸਪੀਕਰ ਬੋਲੇ, ਤੇਰਾ ਤੋਲੇ ਤਕੜੀ ਬਾਬੇ ਨਾਨਕ ਦੀ, 13-13 ਤੋਲੇ। ਇਧਰਲੇ ਪਾਸੇ 10 ਤੇ 13 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ, 3 ਨੰਬਰਾਂ ਦੀ ਲੀਡ ਜਿਹੜੀ ਕਿਤੇ ਮੁੰਡਿਆਂ ਨੇ ਬਣਾ ਰੱਖੀ ਹੈ, 1 ਨੰਬਰਾਂ ਦੀ ਲੀਡ ਹੈ ਤੇ 4 ਨੰਬਰ ਬਾਕੀ ਹੈ। ਸਰਕਾਰੀ ਕੱਢਦਾ ਫਿਰਦਾ ਗੇੜੇ, ਉਹ ਸਰਕਾਰ ਕੋਈ ਡੁੱਬ ਲੈਣਾ, ਸਰਕਾਰੀ ਕੱਢਦਾ ਫਿਰਦਾ ਗੇੜੇ। ਇਹ ਹੈ ਕਹਿੰਦੇ ਸਰਕਾਰੀ ਹਰ ਰਹਿ ਪੁਰਾਣਾ ਗੱਭਰੂ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਵਾਹ ਮੁੰਡਿਆ ਭਾਰੇ ਪਿਆਲਿਆ, ਬੜੀ ਸੋਹਣੀ ਖੇਡ ਹੈ, ਉਹ ਦੇਖਣ ਨੂੰ ਬੰਦੀਏ ਦੇਸੀ ਏ ਲੱਗਦੇ ਹੈ, ਪਰ ਮੁੰਡਾ ਕਹਿੰਦੇ ਕਮਾਲ ਕਰ ਦਿੰਦਾ ਹੈ, ਬੜਾ ਵਧੀਆ ਮੈਚ। ਲਓ ਜੱਸੀ, ਵਾਹ ਸੋਹਣਾ ਮੱਖਣ ਨੇ ਕਮਾਲ ਕਰਤੀ ਹੈ। ਇਹ ਬਲਾਡੇ ਵਾਲੀ ਇਹ ਲੰਬੂ ਦੇ ਕਹਿੰਦੇ ਚੰਡੇ ਹੋਏ ਪੱਠੇ ਹੈ, ਗੁਰੂ ਬਿਨਾਂ ਜੋੜਿਆ ਗਿਆਨ ਹੁੰਦਾ ਨੀ, ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨੀ, ਗੁਰੂ ਬਿਨਾਂ ਜੋੜਿਆ ਗਿਆਨ ਹੁੰਦਾ ਨੀ। ਹਾਊਸ ਸਾਹਮਣੇ ਕਹਿੰਦੇ ਦਾਅ ਪੇ ਸਿੱਖਣੇ ਪੈਂਦੇ ਹੈ,
ਕੋਚ ਕਹਿੰਦੇ ਕੋਚਾਂ ਦੀ ਸਰ ਕੇ ਦਾਪੇ ਸਿੱਖਣੇ ਪੈਂਦੇ ਆ, ਫਿਰ ਕਿਤੇ ਜਾ ਕੇ ਦੁਨੀਆ ਗੁਣ ਗਾਉਂਦੀ ਹੈ, ਫਿਰ ਇਹਨਾਂ ਸਪੀਕਰਾਂ ਦੇ ਵਿੱਚ ਕਹਿੰਦੇ ਨਾ ਬੋਲਦਾ ਹੈ। ਅਗਲੀ ਸਰਵੇ ਕਰਨ ਲਈ ਬਹਾਦਰਗੜੀਆ ਰਵੀ ਫਿਰ ਤਿਆਰ ਹੈ। ਬਹਾਦਰਗੜੀਆ ਨੇ ਕਹਿੰਦੇ ਸਰਵੇ ਕਰਦੀ ਹੈ, 13 ਤੋਂ 14 ਕੌਣ ਕਰਦਾ, ਜੇ 14ਵਾਂ ਲੱਗ ਗਿਆ ਤੇ ਬਠਿੰਡੇ ਵਾਲਿਆਂ ਦੀ ਜਿੱਤ ਕਹਿੰਦੇ ਯਕੀਨ ਦੇ ਵਿੱਚ ਬਦਲ ਜਾਣੀ ਹੈ। ਜੇ 14ਵਾਂ ਲਾਤਾ ਮੁੰਡਿਆਂ ਨੇ ਜਿੱਤ ਯਕੀਨੀ ਹੋ ਜਾਣੀ ਹੈ। ਹਰ ਦਮ ਜਿੱਤਣ ਜਿੱਤਣ ਕਰਦਾ ਕਦੇ ਹਾਰ ਵੀ ਮਨ ਸਰੀਰਾ, ਜਿੱਤਣ ਦਾ ਮੁੱਲ ਕੋਡੀ ਪੈਂਦਾ, ਹਾਰੇ ਦਾ ਮੁੱਲ ਹੀਰਾ। ਉਹ ਜਿੱਤਣ ਦਾ ਮੁੱਲ ਕੋਡੀ ਪੈਂਦਾ, ਹਾਰੇ ਦਾ ਮੁੱਲ ਹੀਰਾ। ਕੌਣ ਜਿੱਤ ਕੇ ਜਾਂਦਾ, ਕੌਣ ਸਿੱਖ ਕੇ ਜਾਂਦਾ, ਇਹ ਗੱਲਾਂ ਬਾਤਾਂ ਵੀਰੇ ਮਿੱਤਰੋ ਕਹਿੰਦੇ ਸਮੇਂ ਦੀਆਂ ਟਾਈਮ ਦੀਆਂ ਜਿਹੜੀਆਂ ਕਹਿੰਦੇ ਹੋੜ ਗਿਆ ਸਾਹਮਣੇ। ਵਾਹ ਮੁੰਡਿਆ ਯਕੀਨ ਦੇ ਵਿੱਚ ਬਦਲਦੀ ਹੈ। 14 ਹੋ ਗਏ ਹੈ, 15 ਹੋ ਗਏ ਹੈ, 15 ਹੋ ਗਏ, ਝੰਡੇ ਵੀ ਥੋੜੇ ਤੇਜ਼ ਝੂਲਣ ਲੱਗ ਗਏ ਹੈ, ਤੇ ਝੂਲਦੇ ਹੋਏ ਝੰਡੇ ਵੀ ਕਹਿੰਦੇ ਬੜੇ ਸੋਹਣੇ ਲੱਗ ਰਹੇ ਹੈ। ਇੱਕ ਪਿਆਰ ਦਾ ਸਬੂਤ, ਪਿਆਰ ਦੀ ਗਵਾਹੀ ਦੇ ਰਹੇ ਹੈ। 2 ਨੰਬਰ ਅੱਜ ਦੇ ਦਿਨ ਦੇ ਕਹਿੰਦੇ ਬਾਕੀ ਰਹਿ ਗਏ ਹੈ। ਔਪਰੇ ਬੰਦੇ ਦੀ ਜਾਇਦਾਦ ਕਿਸੇ ਨੂੰ ਵਫਾ ਕਰੇ ਨਾ। ਰੰਗ ਦਿਖਾ ਹੀ ਜਾਂਦਾ ਏ, ਬੁੱਢੀ ਉਮਰੇ ਸੋਚਣ ਲਾ ਹੀ ਜਾਂਦਾ ਏ। ਉਹ ਗਰੀਬ ਬੰਦੇ ਦਾ ਪੀਤਾ ਖੂਨ, ਨੈਣੇ ਵਾਲੀਆ ਰੰਗ ਦਿਖਾ ਹੀ ਜਾਂਦਾ ਏ। ਬਾਕੀ ਆਪਣੀ ਕਿਰਤ ਕਰਕੇ ਖਾਣਾ ਚਾਹੀਦਾ ਹੈ। ਫੈਸਲੇ ਜਿਹੜੇ ਕਦੇ ਹੋ ਜਾਣਗੇ। ਲੈ ਸੂਰਜਾ 3:32 ਦਾ ਸਮਾਂ ਹੋਇਆ ਹੈ, 1 ਨੰਬਰ ਦੀ ਖੇਡ ਜਿਹੜੀ ਬਾਕੀ ਰਹਿ ਗਈ ਹੈ। ਲਓ ਸਾਹਮਣੇ ਨੰਬਰ ਜਿਹੜਾ ਕਹਿੰਦੇ ਲਾਸਟ ਵਾਹਿਗੁਰੂ ਜੀ ਕਾ ਖਾਲਸਾ, ਕਰਨੀ ਜੀ ਵਾਹਿਗੁਰੂ ਜੀ ਕੀ ਫਤਿਹ। ਕਰਨੀ ਜੀ ਏਡੀ ਖਾਲੀ ਪੈਸੇ ਲੈ ਜਾਓ ਜੀ, ਆਪਣੇ ਪੈਸੇ ਕਿਸੇ ਦੀ ਸਾਥ ਦੇ ਆਹ 500 ਰੁਪਇਆ ਵੀਰੇ ਜਿਹੜਾ ਦੋਨੇ ਟੀਮਾਂ ਦਾ ਸੀ ਆਪਾਂ।